ਗੱਲ ਆਸਟ੍ਰੇਲੀਆ ਦੀ ਕਰਾਂਗੇ। ਸੋ ਪਹਿਲਾਂ ਆਪਾਂ ਗੱਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਕਰਾਂਗੇ। ਅਸੀਂ ਪਹਿਲਾਂ ਵੀ ਇਸ ਉੱਪਰ ਕਈ ਵੀਡੀਓਜ਼ ਬਣਾਈਆਂ, ਉਸ ਤੋਂ ਬਾਅਦ ਕਈ ਤਰ੍ਹਾਂ ਦੀ ਕੁਐਰੀਜ਼ ਵੀ ਸਾਡੇ ਕੋਲ ਆ ਰਹੀਆਂ ਨੇ ਲਗਾਤਾਰ। ਸੋ ਨੈਵੀਗੇਟਰ ਓਵਰਸੀਜ਼ ਜੋ ਕਿ ਵਿਕਟੋਰੀਆ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਸਪੈਸ਼ਲੀ ਆਪਾਂ ਜਦੋਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰਦੇ ਹਾਂ, ਇਸ ਲਈ ਔਥੈਂਟਿਕ ਰਹਿਣ ਵਾਲੀ ਹੈ ਹਰ ਇੱਕ ਗੱਲ ਅੱਜ ਦੀ ਵੀਡੀਓ ਦੇ ਵਿੱਚ। ਤਾਂ ਬਹੁਤ ਡਿਟੇਲ ਵਿੱਚ ਜੋ ਤੁਹਾਡੇ ਕੋਲ ਤੁਹਾਡੇ ਸਵਾਲ ਸਾਡੇ ਕੋਲ ਆਏ ਹੋਏ ਸੀ, ਉਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਵਿੱਚ ਤੁਹਾਡੇ ਤੱਕ ਪਹੁੰਚਾਉਣ ਜਾ ਰਹੇ ਹਾਂ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ, ਤੁਸੀਂ ਪਿੱਛੇ ਤਕਰੀਬਨ ਇੱਕ ਮਹੀਨਾ ਆਸਟ੍ਰੇਲੀਆ ਵੀ ਲਗਾ ਕੇ ਆਏ ਹੋ, ਸੋ ਉੱਥੇ ਦਾ ਜ਼ਰੂਰ ਦੱਸਣਾ, ਥੋੜ੍ਹਾ ਜਿਹਾ ਵੀ ਬਰੀਫ ਕਰਨਾ ਬਾਅਦ ਵਿੱਚ ਕਿ ਸਟੂਡੈਂਟਸ ਨੂੰ ਵੀ ਤੁਸੀਂ ਉੱਥੇ ਮਿਲੇ ਹੋਣੇ, ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ। ਸੋ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਜਿਵੇਂ ਕਿ ਗੱਲ ਕਰ ਰਹੇ ਹਾਂ, ਤੁਹਾਡੀ ਕੰਪਨੀ ਨੈਵੀਗੇਟਰਸ ਓਵਰਸੀਜ਼ ਵਿਕਟੋਰੀਆ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਤਾਂ ਜ਼ਰੂਰ ਮੈਨੂੰ ਥੋੜ੍ਹਾ ਦੱਸੋ, ਕਿਉਂਕਿ ਜਿੰਨੇ ਵੀ ਸਵਾਲ ਵੀ ਨੇ ਕਿ ਇਸ ਪ੍ਰੋਸੈਸ ਬਾਰੇ ਜਿਹੜੇ ਸਮਝਣਾ ਚਾਹੁੰਦੇ ਨੇ, ਡਿਟੇਲ ਵਿੱਚ ਸਮਝਣਾ ਚਾਹੁੰਦੇ ਨੇ, ਪ੍ਰੋਸੈਸ ਨੂੰ ਕਿੰਨਾ ਕੁ ਈਜ਼ੀ ਮੰਨਿਆ ਜਾਏ ਜਦੋਂ ਸਕੂਲਿੰਗ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ। ਦੇਖੋ ਹਰਜੋ, ਕਿੰਨਾ ਹੀ ਬੱਚਾ ਹੈ ਜਿਹੜਾ ਕਿ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ, ਕਿਉਂਕਿ ਸਕੂਲਿੰਗ ਵੀਜ਼ਾ ਜਿਹੜਾ ਹੈ ਇੱਕ ਇੰਟਰਨੈਸ਼ਨਲ ਸਟੂਡੈਂਟ ਨੂੰ ਪੜ੍ਹਨ ਦੀ ਜਿਹੜੀ ਖਵਾਹਿਸ਼ ਹੈ, ਜਿਹੜੀ ਪੜ੍ਹਨ ਦੀ ਚਾਹ ਹੈ, ਉਹ ਪੂਰੀ ਕਰਦਾ ਹੈ। ਤੁਸੀਂ ਦੇਖੋ ਇੰਡੀਆ ਦੇ ਵਿੱਚ ਹੀ ਕਿੰਨੇ ਸਕੂਲਸ ਆ ਗਏ ਆ ਜਿਹੜੇ ਇੰਟਰਨੈਸ਼ਨਲ ਐਜੂਕੇਸ਼ਨ ਲੈ ਕੇ ਆਏ ਹੈ, ਸਮਾਰਟ ਕਲਾਸਿਸ ਹੋ ਰਹੀਆਂ, ਜਿਹੜਾ ਉਹਨਾਂ ਦਾ ਸਿਲੇਬਸ ਆ ਉਹ ਇੰਟਰਨੈਸ਼ਨਲ ਲੈਵਲ 'ਤੇ ਹੈ। ਹੁਣ ਜਿਹੜਾ ਬੱਚਾ ਇੱਕ ਇੰਡੀਆ 'ਚ ਪੜ੍ਹ ਰਿਹਾ, ਇੱਕ ਬਾਹਰ ਜਾ ਕੇ ਪੜ੍ਹ ਰਿਹਾ, ਉਹੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜਿੱਥੇ ਘੱਟ ਤੋਂ ਘੱਟ 50-60 ਕੰਟਰੀਜ਼ ਦੇ ਬੱਚੇ ਉਹਦੇ ਨਾਲ ਬੈਠੇ ਆ, ਉਹਦਾ ਐਕਸਪੋਜ਼ਰ ਬਿਲਕੁਲ ਡਿਫਰੈਂਟ ਹੁੰਦਾ। ਹੁਣ ਜੇ ਕੰਪੇਅਰ ਕਰੋ ਕੈਨੇਡਾ, USA, UK, ਆਸਟ੍ਰੇਲੀਆ ਸਕੂਲਿੰਗ ਵੀਜ਼ਾ, ਤਾਂ ਇਹਨਾਂ ਦੇ ਫਾਇਦੇ ਕੀ ਹੈ, ਬੱਚਾ ਆਸਟ੍ਰੇਲੀਆ ਹੀ ਕਿਉਂ ਜਾਵੇ? ਇੱਕ ਤਾਂ ਪਿਛਲੇ ਮੇਰੇ ਖਿਆਲ 20 ਈਅਰਸ ਦੇ ਵਿੱਚ ਆਪਣੇ ਬਹੁਤ ਬੰਦੇ ਆਸਟ੍ਰੇਲੀਆ ਜਾ ਚੁੱਕੇ ਹੈ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਮੀਨਸ ਕੋਈ ਨਾ ਕੋਈ ਰਿਲੇਟਿਵ ਇਸ ਟਾਈਮ ਆਸਟ੍ਰੇਲੀਆ, ਔਰ ਉਹ ਚਾਹੁੰਦੇ ਆ ਕਿ ਸਾਡੇ ਕੋਲ ਸਾਡਾ ਬੱਚਾ ਆ ਜਾਏ। US ਦੇ ਵਿੱਚ ਵੀ ਜਾ ਸਕਦਾ, ਉਹਨਾਂ ਦੀ ਫੀਸਾਂ ਬਹੁਤ ਜ਼ਿਆਦਾ, $70,000-$80,000। ਕੈਨੇਡਾ ਦੇ ਵਿੱਚ ਵੀ ਬੋਰਡਿੰਗ ਦੇ ਨਾਲ ਕਾਫੀ ਜ਼ਿਆਦਾ ਪੈਂਦੀ ਹੈ, ਜਦਕਿ ਆਸਟ੍ਰੇਲੀਆ ਦੇ ਵਿੱਚ ਫੀਸ ਜਿਹੜੀ ਹੈ ਵਿਕਟੋਰੀਅਨ ਗੌਰਮੈਂਟ ਸਕੂਲਸ ਦੀ ਤਰਫ ਤੋਂ, ਮੀਨਸ ਜਿਹੜਾ ਬੱਚਾ ਮੈਲਬਰਨ ਜਾਣਾ ਚਾਹੁੰਦਾ ਹੈ ਜਾਂ ਵਿਕਟੋਰੀਆ ਦੇ ਵਿੱਚ ਕੋਈ ਮਰਜ਼ੀ ਥਾਂ 'ਤੇ ਜਾਣਾ ਚਾਹੁੰਦਾ ਹੈ, ਉਹ ਸਰਕਾਰ ਦੀ ਤਰਫ ਤੋਂ ਸਾਡੀ ਏਜੰਸੀ ਮਾਨਤਾ ਪ੍ਰਾਪਤ ਹੈ, ਉਹਨਾਂ ਨੂੰ ਕੋਈ ਕੁਐਰੀ ਜਾਏਗੀ ਉਹ ਕੁਐਰੀ ਸਾਡੇ ਕੋਲ ਹੀ ਆਏਗੀ। ਉਹਨਾਂ ਦੀ ਫੀਸ ਇੰਨੀ ਕੁ ਘੱਟ ਹੈ, ਤੁਸੀਂ ਇਹ ਦੇਖ ਲਓ $10,000-$11,000 ਤੋਂ ਲੈ ਕੇ $16,000-$17,000, $18,000 ਸਾਲ ਦੀ। ਜਦਕਿ ਮੈਂ ਜੇ ਕੰਪੇਅਰ ਕਰਾਂ UK ਔਰ US ਤੋਂ ਜਾਂ ਕੈਨੇਡਾ ਤੋਂ, ਉਹਨਾਂ ਦੀ ਫੀਸਾਂ ਇਸ ਤੋਂ 3 ਟਾਈਮਸ ਜ਼ਿਆਦਾ ਹੈ, ਮਤਲਬ 3 ਗੁਣੀ ਫੀਸ ਹੈ, ਅਤੇ ਇਹ ਬਹੁਤ ਕੰਫਰਟੇਬਲ ਹੈ। ਸੈਕਿੰਡ, ਜਿਹੜੇ ਬੱਚੇ ਨੂੰ ਅਸੀਂ ਪ੍ਰੈਫਰ ਕਰਦੇ ਹਾਂ, ਕਿਉਂਕਿ ਅੱਜ ਕੱਲ੍ਹ ਜਿਹੜੀ ਇਨਕੁਆਇਰੀ ਆ ਜਾਂਦੀ ਹੈ ਸ਼ੋਅ ਦੇਖ ਕੇ, ਉਹ ਬੱਚਾ KG 'ਚ ਪੜ੍ਹ ਰਿਹਾ ਹੈ ਨਾ, ਫਸਟ ਵਿੱਚ ਪੜ੍ਹ ਰਿਹਾ, ਬਹੁਤ ਛੋਟਾ ਬੱਚਾ, ਅਸੀਂ ਮਨਾ ਕਰਦੇ ਹਾਂ। ਸਾਡਾ ਇਹ ਨਹੀਂ ਕਿ ਫਾਈਲਾਂ ਇਕੱਠਾ ਕਰਨ ਦਾ ਕੋਈ ਇੰਟੈਂਸ਼ਨ ਹੈ, ਅਸੀਂ ਖਾਲੀ ਉਹੀ ਕੰਮ ਕਰਨਾ ਚਾਹੁੰਦੇ ਹਾਂ ਜਿਹੜਾ ਅਸੀਂ ਸਕਸੈਸਫੁਲ ਕਰ ਸਕੀਏ। ਅਸੀਂ ਜਿਹੜਾ ਆਪਣੀ ਤਰਫ ਤੋਂ ਕੋਸ਼ਿਸ਼ ਕਰਦੇ ਹਾਂ, ਬੱਚਾ ਥੋੜ੍ਹਾ ਬੜਾ ਹੋਏ, 6th-7th ਵਾਲਾ ਬੱਚਾ ਹੋਏ, 5th ਆਨਵਰਡ ਹੋਏ, 7th-8th ਔਰ 10th-11th ਵਾਲੇ ਬੱਚੇ ਨੂੰ ਅਸੀਂ ਜ਼ਿਆਦਾ ਐਨਕਰੇਜ ਕਰ ਰਹੇ ਹਾਂ ਵੀਜ਼ੇ ਵਾਸਤੇ। ਰੀਜ਼ਨ ਬੀਂਗ ਕਿ +2 ਦੇ ਬਾਅਦ ਤੁਹਾਨੂੰ ਪਤਾ ਹੀ ਆਸਟ੍ਰੇਲੀਆ ਦੇ ਹਾਲਾਤ ਇਸ ਟਾਈਮ ਠੀਕ ਨਹੀਂ ਚੱਲ ਰਹੇ, ਵੀਜ਼ਾ ਕੋਟਾ ਬਹੁਤ ਘੱਟ ਕਰਤਾ ਸੀ ਉਹਨਾਂ ਨੇ,
ਇਸ ਕਰਕੇ ਸਟੇਟ ਬੋਰਡਸ ਨੂੰ ਨਹੀਂ ਲੈ ਰਹੇ, ਬਹੁਤ ਮੁਸ਼ਕਲ ਆ ਰਹੀ ਹੈ। ਅਤੇ ਮੈਂ ਕਹਿੰਦੀ ਹਾਂ ਜਿਹੜਾ ਬੱਚਾ 10th ਕਰ ਰਿਹਾ ਜਾਂ +1 ਕਰ ਰਿਹਾ ਉਹ ਆਪਣਾ ਸਕੂਲਿੰਗ ਵੀਜ਼ਾ ਦੇ ਆਧਾਰ 'ਤੇ ਜਾ ਸਕਦਾ, 1-2 ਸਾਲ ਪੜ੍ਹ ਕੇ ਸਿੱਧਾ ਫਿਰ ਉਹਨੂੰ ਜਿਹੜਾ ਯੂਨੀਵਰਸਿਟੀ 'ਚ ਉੱਥੇ ਐਡਮਿਸ਼ਨ ਮਿਲ ਜਾਏਗੀ। ਔਰ ਜੇ ਸਕੂਲ 'ਚ ਪਰਫੋਰਮੈਂਸ ਠੀਕ ਕਰਦਾ ਤਾਂ ਉਹਨੂੰ ਸਕਾਲਰਸ਼ਿਪ ਦੀ ਬਹੁਤ ਜ਼ਿਆਦਾ ਸੰਭਾਵਨਾ, ਨਾਲ ਪੇਰੈਂਟਸ ਵੀਜ਼ਾ ਅਪਲਾਈ ਕਰ ਸਕਦੇ ਆ। ਹੁਣ ਪੇਰੈਂਟਸ ਦੇ ਵਿੱਚ ਵੀ ਅਸੀਂ ਜਿਹੜਾ ਪ੍ਰੈਫਰ ਕਰਦੇ ਹਾਂ, ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ, ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਮੈਂ ਮਦਰ ਨੂੰ ਪ੍ਰੈਫਰ ਕਰਦੀ ਹਾਂ ਐਜ਼ ਏ ਲੋਕਲ ਗਾਰਜੀਅਨ। ਇੱਕ ਤਾਂ ਜੇ ਆਸਟ੍ਰੇਲੀਅਨ ਸਪੋਂਸਰ ਮੀਨਸ ਉਹਨਾਂ ਦਾ ਕੋਈ ਰੈਲੇਟਿਵ ਹੈ ਉਹ ਸਪੋਂਸਰਸ਼ਿਪ ਦੇਗਾ ਅਤੇ ਪੀ ਸੀ ਸੀ ਵਿੱਚ ਉਹਨਾਂ ਨੂੰ ਕਾਫੀ ਟਾਈਮ ਲੱਗ ਜਾਂਦਾ, ਅਤੇ ਮਦਰ ਦੇ ਵਿੱਚ ਸਾਨੂੰ ਕੋਈ ਪੀ ਸੀ ਸੀ ਨਹੀਂ ਚਾਹੀਦੀ, ਮਦਰ ਐਜ਼ ਏ ਗਾਰਜੀਅਨ ਜਾ ਸਕਦੀ ਹੈ। ਅਤੇ ਉਹ ਬਹੁਤ ਸਿੰਪਲ ਪ੍ਰੋਸੈਸ ਹੈ, ਅਤੇ ਨਾਲ ਮਦਰ ਚਲੀ ਗਈ ਔਰ ਬੱਚਾ ਚਲਿਆ ਗਿਆ, ਮਦਰ ਉਹਦੀ ਦੇਖਭਾਲ ਵਾਸਤੇ ਚਲੀ ਗਈ ਅਤੇ ਵੀਜ਼ਾ ਦੋਨਾਂ ਦਾ ਆ ਜਾਂਦਾ। ਫਾਦਰ ਜਾਣਾ ਚਾਹੁੰਦੇ ਆ, ਮਿਲਣਾ ਚਾਹੁੰਦੇ ਆ, ਅਸੀਂ ਉਹਨਾਂ ਦਾ ਟੂਰਿਸਟ ਵੀਜ਼ਾ ਲਗਵਾ ਦਿੰਦੇ ਹਾਂ, ਉਹਨਾਂ ਦੀ ਸੈਟਿੰਗ ਕਰਾ ਲੈਣ। 6 ਮਹੀਨੇ ਦਾ ਵੀਜ਼ਾ ਇੱਕ ਨਾਲ ਹੁੰਦਾ, ਕਈ ਵਾਰੀ 3 ਸਾਲ ਦਾ ਵੀਜ਼ਾ ਦੇ ਦਿੰਦੇ ਆ, ਕਈ ਵਾਰੀ 5 ਸਾਲ ਦਾ, ਪਿੱਛੇ ਉਹਨਾਂ ਦੀ ਹਿਸਟਰੀ ਕੀ ਹੈ, ਫਾਈਨੈਂਸ਼ੀਅਲ ਕਿੰਨੇ ਅਵੇਲੇਬਲ ਹੈ, ਫਾਦਰ ਦਾ ਵੀਜ਼ਾ ਉਹਦੇ ਉੱਪਰ ਡਿਪੈਂਡ ਕਰਦਾ। ਬਾਕੀ ਜਿਹੜੀ ਹੈ ਪਰਸੈਂਟੇਜ 60% ਹੋਣੀ ਚਾਹੀਦੀ ਹੈ ਪਿਛਲੀ ਕਲਾਸ ਦੀ, ਮੇਨ ਸਬਜੈਕਟਸ ਦੀ ਵੀ ਦੇਖਦੇ ਹੈ ਔਰ ਮਤਲਬ ਪਰਸੈਂਟੇਜ ਦੇ ਬਾਅਦ। ਹਾਂ, ਇੰਗਲਿਸ਼ ਸਾਨੂੰ ਆਇਲਟਸ ਕੋਈ ਕੰਪਲਸਰੀ ਨਹੀਂ ਹੈ ਬੱਚਾ ਜ, ਕਿਉਂਕਿ ਸਾਰੇ ਹੀ ਬੱਚੇ ਜਿਹੜੇ ਬਾਹਰ ਜਾਣ ਦੇ ਚਾਹਵਾਨ ਹੈ ਉਹ ਘੱਟ ਤੋਂ ਘੱਟ ਪ੍ਰਾਈਵੇਟ ਸਕੂਲ 'ਚ, ਅੱਛੇ ਸਕੂਲ 'ਚ ਪੜ੍ਹ ਰਹੇ ਹੁੰਦੇ ਆ, CBSE ਸਕੂਲ 'ਚ ਪੜ੍ਹ ਰਹੇ ਹੁੰਦੇ ਆ, ਤਾਂ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦਾ ਸਾਨੂੰ ਲੈਟਰ ਚਾਹੀਦਾ। ਹੁਣ ਜਿਹੜਾ ਨੈਕਸਟ ਇਨਟੇਕ ਹੈ ਉਹ ਮੇ ਇਨਟੇਕ ਹੈ, ਉਹਦੇ ਵਾਸਤੇ ਫਾਈਲਾਂ ਹੋਣ ਲੱਗ ਰਹੀਆਂ। ਅਤੇ ਜਿਹੜੇ ਵੀ ਬੱਚੇ ਹੁਣ ਇਗਜ਼ਾਮ ਦੇਣਗੇ, ਕਿਉਂਕਿ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਕਲਾਸ 'ਚ ਆਇਆ, ਕੋਈ 5th ਵਿੱਚ ਆਇਆ, 7th ਵਿੱਚ ਆਇਆ, 8th ਵਿੱਚ ਹੈ, ਅਤੇ ਮਾਰਚ ਵਿੱਚ ਸਾਰਿਆਂ ਦੇ ਇਗਜ਼ਾਮ ਹੋਣਗੇ, ਅਤੇ ਉਹ ਪਿਛਲੇ 3 ਸਾਲ ਦੀ ਮਾਰਕਸ਼ੀਟ ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ ਉਹਦੇ ਉੱਪਰ ਉਹ ਵਟਸਐਪ ਕਰ ਦੇਣ, ਉਹਦੇ ਬਾਅਦ ਅਸੀਂ ਉਹਨਾਂ ਨੂੰ ਐਲੀਜੀਬਿਲਟੀ ਕ੍ਰਾਈਟੀਰੀਆ ਦਿਖਾਵਾਂਗੇ। ਫਾਈਨੈਂਸ਼ੀਅਲ ਡਾਕੂਮੈਂਟਸ ਸਟਰੋਂਗ ਹੋਣੇ ਚਾਹੀਦੇ ਆ, ਪੇਰੈਂਟਸ ਉਹਨਾਂ ਨੂੰ ਸਪੋਂਸਰ ਕਰ ਰਹੇ, ਮੀਨਸ ਫਾਦਰ, ਦਾਦਾ ਦਾਦੀ, ਨਾਨਾ ਨਾਨੀ ਉਹਨਾਂ ਨੂੰ ਸਪੋਂਸਰ ਕਰ ਸਕਦੇ ਆ। 25-30 ਲੱਖ ਰੁਪਇਆ ਫੰਡ ਜਿਹੜਾ ਸ਼ੋ ਕਰਨਾ ਹੀ ਕਰਨਾ। ਇਨਕਮ ਟੈਕਸ ਰਿਟਰਨ 14-15 ਲੱਖ ਅਸੀਂ ਮੰਗਦੇ ਹਾਂ, 10-12 ਲੱਖ ਵੀ ਹੋਣ ਉਹ ਵੀ ਚੱਲ ਜਾਏਗੀ, ਬਟ ਉਸ ਤੋਂ ਘੱਟ ਅਸੀਂ ਨਹੀਂ ਐਕਸੈਪਟ ਕਰਦੇ। ਬਾਕੀ ਇਹ ਜਿਹੜੀ ਟੋਟਲ ਇਨਫੋਰਮੇਸ਼ਨ ਹੈ ਉਹ ਅਸੀਂ ਜਦ ਇਹਨਾਂ ਦੀ ਵੀਜ਼ਾ ਇਨਕੁਆਇਰੀ ਆਉਂਦੀ ਹੈ ਉਹਦੇ ਉੱਪਰ ਅਸੀਂ ਬਹੁਤ ਜ਼ਿਆਦਾ ਗਾਈਡ ਕਰਦੇ ਹਾਂ, ਕਿਉਂਕਿ ਕੋਈ ਵੀ ਵੀਜ਼ਾ ਉਹਦੇ ਵਿੱਚੋਂ ਟੈਕਨੀਕਲ ਇਸ਼ੂਜ਼ ਬਹੁਤ ਹੁੰਦੇ, ਵੀਜ਼ਾ ਇਜ਼ ਨਾਟ ਸੋ ਈਜ਼ੀ ਕਿ ਤੁਸੀਂ ਆਹ ਇਨਕੁਆਇਰੀ ਕੀਤੀ ਔਰ ਵੀਜ਼ਾ ਲੱਗ ਗਿਆ, ਇਹਦਾ ਇੱਕ ਟੋਟਲ ਪ੍ਰੋਸੈਸ ਹੈ। ਐਡਮਿਸ਼ਨ ਹੈ, ਐਡਮਿਸ਼ਨ ਦੇ ਬਾਅਦ ਤੁਹਾਡੀ ਜਿਹੜੀ ਹੈ ਫਾਈਨੈਂਸ਼ੀਅਲ ਸਟੇਟਮੈਂਟਸ ਹੈ, ਕਿਉਂ ਜਾ ਰਹੇ ਹੋ, ਕੀ ਜਾ ਰਹੇ ਹੋ, ਉਹ ਪੂਰੀ ਫਾਈਲ ਬਣਾਉਣੀ ਪੈਂਦੀ, ਉਹਨੂੰ ਇੱਕ ਸ਼ੇਪ ਦੇਣੀ ਪੈਂਦੀ ਹੈ, ਔਰ ਬੱਚਾ ਜਿਹੜਾ ਬਾਹਰ ਜਾਣ ਦਾ ਔਰ ਪੜ੍ਹਨ ਦਾ ਔਰ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਜਿਹੜਾ ਪੜ੍ਹਨ ਦਾ ਉਹਦਾ ਜਿਹੜਾ ਇੰਟੈਂਸ਼ਨ ਆ ਉਹ ਦਿਖਾਉਣਾ ਪੈਂਦਾ, ਉਹਦੇ ਬਾਅਦ ਹੀ ਵੀਜ਼ਾ ਸਕਸੈਸਫੁਲ ਹੁੰਦਾ। ਜੀ 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 ਬਿਲਕੁਲ। ਸੋ ਜਿੰਨੇ ਵੀ ਇੰਟਰਸਟਿਡ ਪੇਰੈਂਟਸ ਨੇ ਉਹ ਜ਼ਰੂਰ ਕੰਟੈਕਟ ਕਰ ਸਕਦੇ ਨੇ ਨੈਵੀਗੇਟਰਸ ਓਵਰਸੀਜ਼ ਨਾਲ, ਜਿਹੜਾ ਨੰਬਰ ਡਿਸਪਲੇਸ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਡਿਟੇਲ ਵਿੱਚ ਸਭ ਚੀਜ਼ਾਂ ਸਮਝ ਸਕੋ। ਬਹੁਤ ਹੀ ਚੰਗਾ ਹੋਏਗਾ ਜੇਕਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰਦੇ ਹੋ, ਆਪਣੀ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਸਭ ਚੀਜ਼ਾਂ ਨੂੰ ਦੇਖਣ ਸਮਝਣ ਤੋਂ ਬਾਅਦ ਤੁਹਾਨੂੰ ਸਹੀ ਆਪਸ਼ਨਸ ਜੋ ਹੈ ਗਾਈਡ ਕੀਤੀਆਂ ਜਾ ਸਕਣ, ਜਿਵੇਂ ਮੈਮ ਨੇ ਮੇਨ ਟੇਕ ਦੀ ਗੱਲ ਕੀਤੀ ਹੈ। ਸੋ ਟਾਈਮਲੀ ਤੁਹਾਡਾ ਪ੍ਰੋਸੈਸ ਕੰਪਲੀਟ ਹੋ ਸਕੇ ਉਸਦੇ ਲਈ ਤੁਸੀਂ ਜਲਦੀ ਤੋਂ ਜਲਦੀ ਜੋ ਹੈ ਨੈਵੀਗੇਟਰਸ ਓਵਰਸੀਜ਼ ਨਾਲ ਕੰਟੈਕਟ ਜ਼ਰੂਰ ਕਰ ਸਕਦੇ ਹੋ। ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਇਹ ਸਾਰੀ ਇਨਫੋਰਮੇਸ਼ਨ ਅੱਜ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ।